ਆਪਾਂ ਪਿੰਡ ਬਾਮ ਦੇ ਵਿੱਚ ਆ ਸਜਣੋ ਪਿੰਡ ਬਾਵਾ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਅਬੋਰਲ ਨੂੰ ਨਹੀਂ ਜਦੋਂ ਜਾਂਦੇ ਆਪਾਂ ਪੰਨੀ ਵਾਲੇ ਵਜਦੀ ਉਸ ਪਿੰਡ ਦੇ ਵਿੱਚ ਆ ਸਰਦਾਰ ਸ਼ਮਿੰਦਰਜੀਤ ਸਿੰਘ ਮਾਨ ਸਾਹਿਬ ਦੇ ਘਰੇ ਪਹੁੰਚੇ ਆ ਖੁੱਲਾ ਵਿੜਾ ਤੇ ਵੱਡਾ ਦਿਲ ਆ ਜਾਨਵਰ ਵੀ ਬਹੁਤ ਰੱਖਿਆ ਬਾਈ ਹੁਣਾਂ ਦੇ ਸ਼ੌਂਕ ਆ ਪੁਰਾਣਾ 24 25 ਸਾਲ ਤੋਂ ਮਤਲਬ 22 ਐਸਪੀ ਐਸਪੀ ਬਾਈ ਐਸ ਵਕਤ ਮੈਂ ਦੇਖ ਰਿਹਾ ਕਰਦਾ ਐਸਪੀ ਬਾਈ ਦਾ ਨਾਮ ਪੂਰਾ ਨਾ ਹੈਗਾ ਜਗਦੀਪ ਸਿੰਘ ਐਸਪੀ ਕਹਿ ਦਿੰਦੇ ਆ ਐਸਪੀ ਦੇ ਨਾਮ ਨਾਲ ਜ਼ਿਆਦਾ ਜਾਣਿਆ ਜਾਂਦਾ ਬਾਮ ਪਿੰਡ ਆਜੂ ਤੁਹਾਨੂੰ ਮੈਂ ਉਹਨਾਂ ਦੇ ਫਾਰਮ ਵਾਲੇ ਪਾਸੇ ਲੈ ਚੱਲਦਾ ਪਹਿਲਾਂ ਮਿੱਤਰ ਮੰਡਲੀ ਬੈਠੀ ਸੀ ਉਹ ਤੁਹਾਨੂੰ ਦਿਖਾਤੀ ਐ ਆਪਾਂ ਹੁਣ ਚੱਲਦੇ ਆਂ ਫਾਰਮ ਦੇ ਵਿੱਚ ਤੇ ਫਾਰਮ ਦੇ ਵਿੱਚ ਤੁਹਾਨੂੰ ਕੱਲੀ-ਕੱਲੀ ਕਰਕੇ ਘੋੜੀ ਦਿਖਾਉਣਾ ਕਈ ਘੋੜੀਆਂ ਬਾਈ ਹੁਣਾ ਕੋਲੇ ਜਿਹੜੀਆਂ ਬਕਾਊ ਆ ਤੇ ਕਾਫੀ ਚੰਗੀਆਂ ਘੋੜੀਆਂ ਆਪਾਂ ਤੁਹਾਨੂੰ ਸਾਰੀਆਂ ਡਿਟੇਲ ਬਾਈ ਸਾਰੀਆਂ ਦਿਖਾਈ ਜਾਣੀਆਂ ਤੇ ਜਿਹੜੀ ਤੁਹਾਨੂੰ ਅਜੇ ਫਿੱਟ ਤੇ ਬਾਈ ਐਸਪੀ ਸਾਹਿਬ ਦਾ ਤੁਹਾਨੂੰ ਨੰਬਰ ਦੇ ਦੇਣਾ ਜਗਦੀਪ ਸਿੰਘ ਐਸਪੀ ਸਾਹਿਬ ਦਾ ਨੰਬਰ ਦੇ ਦੇਣਾ ਆ ਉਹਨਾਂ ਦਾ ਬੇਟਾ ਹਰਗੁਣ ਮਾਨ ਆ ਜਿਹੜੀ ਲਾਲ ਲਵਲਕ ਘੋੜੀ ਆ ਨਾ ਇਹ ਨਗੌਰ ਵਾਲੇ ਘੋੜੇ ਤੋਂ ਗੱਬਣ ਆ ਨਗੌਰ ਵਾਲੇ ਘੋੜੇ ਤੋਂ ਗੱਬਣ ਆ 60 ਇੰਚ ਇਹਦਾ ਕੱਦ ਆ ਤੇ ਇਹ ਘੋੜੀ ਬਕਾਊਆ ਜੇ ਤੁਸੀਂ ਖਰੀਦਣੀ ਹੋਵੇ ਇਹਦੀ ਚਾਰ شپੇਰਾ ਇਹਦੀ ਤਿਆਰੀ ਇਹਦੇ ਡੱਬ ਖੜੱਬ ਇਹ ਤੁਹਾਨੂੰ ਸਾਹਮਣੇ ਦੇਸੀ ਜਾਂਦੇ ਆ ਇਹ 3 ਮਹੀਨਿਆਂ ਦੀ ਗੱਬਣ ਬਾਈ ਹੁਣੀ ਕਹਿੰਦੇ ਵੀ ਚੈੱਕ ਪਾਸ ਹੋਈ ਵੀ ਆ ਪਰ ਜੇ ਕੋਈ ਵੀ ਸੱਜਣ ਨੇ ਖਰੀਦਣੀ ਹੋਵੇ ਤੇ ਤੁਸੀਂ ਚੈੱਕ ਕਰਾ ਕੇ ਲੈ ਸਕਦੇ ਆ ਇਹਦੋਂ ਅੱਗੇ ਆ ਗਈ ਆ ਕਮੈਤ ਕਲਰ ਦੀ ਘੋੜੀ ਇਹ ਮਾਰਵਾੜੀ ਮਤਲਬ ਸਟਰਕਚਰ ਦੀ ਘੋੜੀ ਆ ਤੇ ਮਾਰਵਾੜੀ ਮਾਰਕਿੰਗ ਦੀ ਘੋੜੀ ਆ ਇਹਦਾ ਕਾਦਾ ਜੀ 61 ਇੰਚ ਤੇ ਇਹ ਰਾਜਸਥਾਨ ਰਾਜਸਥਾਨ ਤੋਂ ਆਈ ਹੋਈ ਆ ਬਾਈ ਹੁਣਾਂ ਕੋਲੇ ਤੇ ਇਹ ਘੋੜੀ ਐਸ ਵਕਤ ਜਹਾਗੀਰ ਘੋੜਾ ਜਿਹੜਾ ਦੀਪਕ ਸ਼ਰਮੇ ਕੋਲ ਫਰੀਦਕੋਟ ਆ ਉਹਦੇ ਤੋਂ ਇਹ ਘੋੜੀ ਕ੍ਰੋਸ ਹੋ ਚੁੱਕੀ ਆ ਹਜੇ ਦਿਨ ਜਿਹੜੇ ਹੋਏ ਆ ਉਹ ਥੋੜੇ ਹੋਏ ਆ ਮਤਲਬ ਹਜੇ ਚੈੱਕ ਨਹੀਂ ਹੋਈ ਤੁਸੀਂ ਆਉਣ ਵਾਲੇ ਸਮੇਂ 'ਚ ਮਾਲ ਕਿਰਪਾ ਕਰੇ ਗੱਭਣ ਨਿਕਲੇ ਤੇ ਨਾਲ ਦੀ ਨਾਲ ਆ ਗਿਆ ਜੀ ਨੀਲੀ ਘੋੜੀ ਇਹ ਨੀ ਲੀ ਘੋੜੀ ਦਾ ਕੱਦ 60 ਇੰਚ ਆ ਤੇ ਇਹ ਨੁਕਰੇ ਦੀ ਬੱਚੀ ਆ Rajasthan ਚੋਂ ਇੱਕ ਨੁਕਰਾ ਘੋੜਾ ਉਹਦੀ ਬੱਚੀ ਆ ਇਹ ਐਸ ਵਕਤ ਇਹ ਸਮੁੰਦਰ ਘੋੜੇ ਤੋਂ ਗੱਭਣ ਤੇ ਸਮੁੰਦਰ ਘੋੜਾ ਉਹ ਨਹੀਂ ਜਿਹੜਾ ਮੈਂਟੂ ਬਾਈ ਕੋਲੇ ਰੋਟੀ ਸੀ ਉਹ ਘੋੜਾ ਨਹੀਂ ਇੱਕ ਮੈਂਟੂ ਵਾਲੇ ਦਾ ਬੱਚਾ ਘੋੜਾ ਏ ਮਲੂਕੇ ਤੇ ਮਲੂਕੇ ਵਾਲੇ ਦਾ ਬੱਚਾ ਇਹ ਬਾਈ ਬਾਮ ਦੇ ਪਿੰਡ ਦੇ ਨਾਲ ਹੀ 68 ਇੰਚ ਕੋੜਾ ਤੇ ਉਹਦੇ ਤੋਂ ਇਹ 15 ਦਿਨ ਹੋਏ ਆ ਕ੍ਰੋਸ ਹੋਈ ਆ ਹਜੇ ਚੈੱਕ ਇਹ ਵੀ ਹੈ ਨਹੀਂਗੀ ਠੀਕ ਆ ਕਿ ਨਹੀਂ ਤੇ ਇਹ ਵੀ ਤੁਸੀਂ ਘੂੜੀ ਆ ਜਿਹੜੀ ਉਹ ਖਰੀਦ ਸਕਦੇ ਆ ਬਾਈ ਹੁਣਾ ਦੇ ਕੋਲੇ ਇਹ ਘੋੜੀ ਖੜੀ ਆ ਫਾਰਮ ਦੇ ਉੱਤੇ ਤੇ ਆ ਘੋੜੀ ਹੈਗੀ ਆ ਜੀ ਕਮਾਇਤ ਕਲਰ ਆ ਕ ਮਊਆ ਕਲਰ ਆ ਹੁਣ ਮੈਨੂੰ ਇਹਦੇ ਚ ਬਾਲਾ ਫਰਕ ਜਿਆ ਨਹੀਂ ਪਤਾ ਹਜੇ ਤੇ ਅ ਮਤਲਬ ਆ ਘੋੜੀ ਐ ਇੱਕ ਰੰਗ ਆ ਤੇ ਇਹ ਵੀ ਇਹਨਾਂ ਦੇ ਫਾਰਮ ਤੇ ਆ ਪਰ ਬਾਈ ਹੁਣੀ ਦੱਸ ਦਿਆ ਵੀ ਦਿਲ ਆ ਗਿਆ ਤੇ ਇਹ ਸ਼ਾਇਦ ਨਾ ਵੇਚਣ ਪਰ ਆ ਨੁਕਰੀ ਘੋੜੀ ਐ ਜਿਹੜੀ ਅਬੋਰ ਲਾਈਨ ਦੀ ਇਹ ਬਕਾਊ ਆ ਇਹ ਗੋਸ਼ਾ ਸ਼ਾਹਪੁਰ ਵਾਲਾ ਉਹਦੇ ਕੋਲੇ ਕੋੜਾ ਉਹਦੇ ਕੋੜੇ ਤੋਂ ਇਹ ਘੋੜੀ ਕਰਾਸ ਹੋ ਚੁੱਕੀ ਆ ਤੇ ਨਾਲ ਦੀ ਨਾਲ ਆ ਘੋੜੀ ਕਾਲੀ ਅ블ਕ ਤੁਹਾਨੂੰ ਤਾਂ ਦਿਖਾਉਣ ਲੱਗਿਆ ਇਹ ਬਕਾਊ ਨਹੀਂਗੀ ਇਹ ਬਕਾਊ ਨਹੀਂ ਅਲੀਸ਼ਾ ਲਾਈਂਦੀਆ ਮੈਨੂੰ ਸੋਹਣੀ ਵਾਲੀ ਲੱਗੀ ਫਾਰਮ ਤੇ ਮੈਂ ਬਾਈ ਨੂੰ ਆਖਿਆ ਐਸਪੀ ਸਾਹਿਬ ਨੂੰ ਆਖਿਆ ਮੈਂ ਕਿ ਯਾਰ ਬਾਈ ਮਾਰਾ ਜਾ ਮੈਨੂੰ ਝਲਕ ਮਾਰ ਲੈਂਦੇ ਉਹ ਮੈਨੂੰ ਕਹਿੰਦਾ ਸਜੇਂਦਰ ਮੈਨੂੰ ਲੋਕ ਪਰੇਸ਼ਾਨ ਕਰਨਗੇ ਮੈਂ ਕਿ ਕੋਈ ਗੱਲ ਨਹੀਂ ਯਾਰ ਮੈਨੂੰ ਵੈਸੇ ਹੀ ਸੋਹਣੀ ਹੀ ਵਾਲੀ ਲੱਗੀ ਅ블ਕ ਤੇ ਮੈਂ ਕਿ ਯਾਰ ਕੋਈ ਗੱਲ ਨਹੀਂ ਮਾੜੀ ਜੀ ਕੱਢ ਕੇ ਦਿਖਾ ਦੇ ਯਾਰ ਬਾਹਰ ਤੋ ਨੋ ਮੈਂ ਬੰਦਾ ਵੀ ਦਿਖਾਉਣਾ ਜਿਹੜੇ ਬੰਦੇ ਨਾਲ ਤੁਹਾਡੀ ਗੱਲ ਹੋਣੀ ਆ ਆ ਆਉਂਦਾ ਜਗਦੀਪ ਸਿੰਘ ਐਸਪੀ ਸਾਹਿਬ ਬੰਦਾ ਕਿਤੇ ਰਾਹ ਖੜੇ ਵੀ ਟੱਕਰ ਜਾਂਦਾ ਹੁੰਦਾ ਤੇ ਸਿਆਣ ਲਿਓ ਆ ਬੰਦੇ ਨਾਲ ਤੁਹਾਡੀ ਗੱਲਬਾਤ ਹੋਣੀ ਆ ਤੇ ਆ ਉਹਨਾਂ ਦਾ ਬੇਟਾ ਹਰਗੁਣ ਸਿੰਘ ਮਾਨ ਇਹ ਵੀ ਤੁਹਾਨੂੰ ਦਿਖਾ ਦਿੰਦਾ ਵੀ ਕਈ ਵਾਰੀ ਮੁੰਡਾ ਪੜਨ ਪੁੜਨ ਗਿਆ ਕਾਲਜ ਸਕੂਲ ਜੀ ਗਿਆ ਉੱਥੇ ਟੱਕਰ ਜਾਂਦਾ ਹੁੰਦਾ ਮੁੰਡਿਆਂ ਖੁੰਡਿਆਂ ਨੂੰ ਬੰਦਾ ਕਹਿੰਦਾ ਤੁਹਾਡੇ ਘੋੜੇ ਦੇਖੇ ਸੀ ਤੇ ਆ ਬਾਈ ਹੁਣਾ ਦੇ ਕੋਲੇ ਘੋੜਾ ਹੈ ਬਾਈ ਹੁਣਾ ਨੇ ਬਹੁਤ ਸ਼ੌਂਕ ਨਾਲ ਤਿਆਰ ਕੀਤਾ ਇਹ ਘੋੜਾ ਤੇ ਹਰਗੁਣ ਨੂੰ ਬਹੁਤ ਸ਼ੌਂਕ ਆ ਸਵਾਰੀ ਦਾ ਬਾਈ ਦਾ ਬੇਟਾ ਹਰਗੁਣ ਉਹ ਪੋਲੋ ਖੇਡਦਾ ਜਿਹੜੀ ਘੋੜਿਆਂ ਤੇ ਬੈਠ ਕੇ ਨਹੀਂ ਉਹ ਹਾਕੀ ਨਾਲ ਖੁੱਦੋ ਖੁੰਡੀ ਖੇਡਦੇ ਹੁੰਦੇ ਘੋੜਿਆਂ ਤੇ ਬੈਠ ਕੇ ਤੇ ਉਹ ਗੇਮ ਖੇਡਦਾ ਉਹਦਾ ਸ਼ੌਂਕ ਆ ਵੀ ਮਤਲਬ ਆਏ ਨਹੀਂ ਕਿ ਘੋੜਿਆਂ ਨੂੰ ਕੱਲਾ ਵਪਾਰ ਲਈ ਰੱਖਿਆ ਹੋਇਆ ਘੋੜਿਆਂ ਨੂੰ ਪਿਆਰ ਲਈ ਵੀ ਰੱਖਿਆ ਹੋਇਆ ਖੇਡਾਂ ਲਈ ਵੀ ਰੱਖਿਆ ਹੋਇਆ ਮੁੰਡਾ ਤਿਆਰੀ ਕਰਦਾ ਤੇ ਆਹ ਬਾਈ ਹੁਣਾ ਕੋਲੇ ਘੋੜਾ ਇਹ ਹਜੇ ਦੋ ਦੰਦ ਹੋਇਆ ਤੇ ਇਹਦਾ 65 ਇੰਚ ਕੱਦ ਹੋ ਗਿਆ ਇਸ ਘੋੜੇ ਦਾ ਤੇ ਇਹ ਘੋੜਾ ਬਾਈ ਹੁਣਾ ਨੇ ਵੇਚਣਾ ਨਹੀਂ ਗਾ ਸਜਣੂ ਇਹ ਬਰੀਡਿੰਗ ਲਈ ਰੈਡੀ ਆ ਇਹ ਕਮੈਟ ਆ ਤੇ ਇਹ ਘੋੜਾ ਜਿਹੜਾ ਉਹ ਹੁਣ ਨੀਲਾ ਹੋ ਰਿਹਾ ਸਾਰਾ ਲੱਤਾਂ ਵਾਲੇ ਪਾਸਿਓਂ ਇਹ ਨੀਲਾ ਹੋ ਚੁੱਕਿਆ ਟੋਟਲ ਆ ਜਿਹੜੀਆਂ ਲੱਤਾਂ ਤੁਹਾਨੂੰ ਦਿਖਦੀਆਂ ਇਹ ਇਹਦੀਆਂ ਨੀਲੀਆਂ ਹੋ ਗਈਆਂ ਤੇ ਪਹਿਲਾਂ ਇਹ ਸਾਰਾ ਇਸ ਤਰ੍ਹਾਂ ਦਾ ਹੀ ਸੀ ਕਮੈਤ ਲੱਗਦਾ ਸੀ ਹੁਣ ਇਹ ਨੀਲਾ ਹੋਣਾ ਸਟਾਰਟ ਹੋ ਗਿਆ ਇਹ ਆਉਣ ਵਾਲੇ ਸਮੇਂ 'ਚ ਬਿਲਕੁਲ ਨੀਲਾ ਹੋ ਜਾਊਗਾ ਸਾਰੇ ਦਾ ਸਾਰਾ ਨੀਲਾ ਹੀ ਹੋ ਜਾਊਗਾ ਘੋੜਾ ਇਹ 65 ਇੰਚ ਦਾ ਕੱਦ ਹੋ ਗਿਆ ਘੋੜੇ ਦਾ ਕੱਲ ਨੂੰ ਤੁਹਾਨੂੰ ਇਹ ਘੋੜੇ ਬਾਰੇ ਸਾਰੀ ਡਿਟੇਲ ਦੱਸਾਂਗੇ ਆਪਾਂ ਇਹ ਕਹਿ ਲਓ ਵੀ ਘੋੜੇ ਬਾਰੇ ਤਾਂ ਅੱਜ ਵਾਲੀਆਂ ਜਿਹੜੀਆਂ ਝਲਕਾਂ ਉਹ ਟਰੇਲਰ ਹੀ ਆ ਮੈਂ ਚਾਹੁੰਦਾ ਸੀਗਾ ਵੀ ਥੋੜਾ ਜਆ ਜਿਹੜੀਆਂ ਘੋੜੀਆਂ ਤੁਸੀਂ ਖਰੀਦਣ ਵਾਲੀਆਂ ਤੁਹਾਨੂੰ ਦਿਖਾਈਆਂ ਉਹਦੇ ਉੱਤੇ ਕਨਸੈਂਟਰੇਟ ਕਰੂੰ ਤੁਹਾਨੂੰ ਦੋ ਨੰਬਰ ਦੇਤੇ ਆ ਇੱਕ ਬਾਈ ਜਗਦੀਪ ਸਿੰਘ ਦਾ ਨੰਬਰ ਦੇਤਾ ਤੇ ਦੂਜਾ ਨੰਬਰ ਤੁਹਾਨੂੰ ਹਰਗੁੰਦ ਦਾ ਦੇਤਾ ਬਾਮ ਪਿੰਡਾ ਜ਼ਿਲ੍ਹਾ ਮਕਸਰਾ ਤੇ ਅਬੋਰ ਨੂੰ ਜਦੋਂ ਆਪਾਂ ਜਾਣੇ ਆ ਪੰਨੀ ਵਾਲੇ ਦੇ ਵਿੱਚ ਦੀ ਉਦੋਂ ਮਕਸਰ ਤੋਂ 20 ਕਿਲੋਮੀਟਰ ਅਬੋਰਵਾਲ ਨੂੰ ਪਿੰਡ ਆਉਂਦਾ ਬਾਮ ਉੱਥੇ ਜਾ ਕੇ ਜਾਨਵਰ ਇੱਕ ਦੋ ਹੋਰ ਵੀ ਕਹਿੰਦੇ ਆ ਗਏ ਆ ਫਾਰਮ ਤੇ ਤੇ ਉਹ ਵੀ ਤੁਸੀਂ ਦੇਖ ਸਕਦੇ ਆ ਤੇ ਆਹ ਵੀਡੀਓ ਜੇ ਚੰਗੀ ਲੱਗੀ ਸੋਹਣੀ ਲੱਗੀ ਜਾਨਵਰ ਸੋਹਣੇ ਲੱਗੇ ਤੁਹਾਨੂੰ ਲੱਗਿਆ ਕਿ ਆਨੰਦ ਜਿਹਾ ਆਇਆ ਤੇ ਤੁਸੀਂ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇ ਤੁਹਾਨੂੰ ਜਾਨਵਰ ਵਧੀਆ ਲੱਗੇ ਤੁਹਾਨੂੰ ਮਨ ਕਰੇ ਕਿ ਕੋਈ ਖਰੀਦਣਾ ਜਾਂ ਇਨਕੁਆਰੀ ਕਰਨੀ ਆ ਤਾਂ ਤੁਸੀਂ ਫੋਨ ਕਰ ਸਕਦੇ ਆ ਜਿਉਂਦੇ ਰਹੋ